ਗਾਇਆ ਵਾਲਾ ਸਾਨੂੰ ਕੋਈ ਨਹੀਂ ਮਿਲਦਾ, ਨਾ ਕਣਕ ਮਿਲਦੀ ਸਾਨੂੰ। ਐਸੀ ਕਹਿੰਦੇ ਵੀ ਸਾਨੂੰ ਵੀ ਮਿਲਣਾ ਚਾਹੀਦਾ ਕਈ ਬੰਦੇ ਸੀ। ਜੱਟ ਲੈ ਜਾਂਦੇ, ਬਾਣੀ ਲੈ ਜਾਂਦੇ, ਵੱਡੇ ਵੱਡੇ ਬੰਦੇ ਚੰਗੇ ਲੈਂਦੇ, ਉਹ ਗਰੀਬ ਜਨਤਾ ਨੂੰ ਦਿੰਦਾ ਵੀ ਨਹੀਂ, ਦੱਸੋ ਸਭ ਨੂੰ ਕਾਟ ਕੱਟਦੇ ਜਿਹੜੇ ਦੇਣਾ। ਇਹ ਵੀ ਠੱਗੀ ਬਈ ਬੰਦੀ ਨਿਪਣੀ, ਬਾਕੀ ਆਖਣੇ ਲੈ ਜਾਂਦੇ 100 ਪੰਜਾਹ, 150-200-300 ਬਣੇ, ਜਵਾਕਾਂ ਵਾਸਤੇ ਲੈਣੇ ਆਟਾ ਦਾਲ ਚਾਹ ਪਾਣੀ ਦਾ ਖਰਚਾ ਚੱਲੀ ਜਾਂਦਾ। ਅੱਤ ਦੀ ਮਹਿੰਗਾਈ ਦੇ ਵਿੱਚ ਇਨਸਾਨ ਮਸ਼ੀਨ ਵਾਂਗ ਚੱਲ ਰਿਹਾ, ਫਿਰ ਵੀ ਉਸ ਦੀਆਂ ਲੋੜਾਂ ਤੇ ਮਨ ਦਾ ਲਾਲਚ ਪੂਰਾ ਨਹੀਂ ਹੁੰਦਾ ਇਸ ਯੁੱਗ ਵਿੱਚ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਪਹਿਰਾ ਦਿੰਦੇ ਹੋਏ ਸਿਕਰੀਗੰਜ ਭਾਈਚਾਰੇ ਦਾ ਪਾਲਾ ਸਿੰਘ, ਜੋ ਕਿ ਲਗਭਗ 60 ਸਾਲਾਂ ਤੋਂ ਕਿਰਤ ਨਾਲ ਜੁੜਿਆ ਹੋਇਆ ਤੇ ਮਿਹਨਤ ਦੀ ਕਿਰਤ ਕਮਾਈ ਕਰਕੇ ਖੁਸ਼ੀ ਦੇ ਪਲ ਮਾਣਦਾ ਹੋਇਆ, ਉਸ ਸਾਹਿਬ ਦਾ ਸ਼ੁਕਰਾਨਾ ਕਰਦਾ, ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਜਿੰਦੇ ਕੁੰਜੀਆਂ ਦਾ ਕੰਮ ਕਰਦਾ ਹੈ ਪਾਲਾ ਸਿੰਘ। ਆਓ ਝਾਤੀ ਮਾਰੀਏ ਉਸ ਦੇ ਜੀਵਨ ਬਾਰੇ। 50,000 ਰੁਪਏ ਮਤਲਬ ਚਾਬੀਆਂ ਲਾਉਂਦੇ ਨੇ, ਕੈਂਚੇ ਲਾਉਂਦੇ ਉਹਨੂੰ, ਬਹੁਤ ਪੁਰਾਣਾ ਕੰਮ ਆ। ਅਸੀਂ ਕੰਮ ਕੀਤਾ, ਆਪਾਂ ਨੇ ਕੋਈ ਠੱਗੀ ਨਹੀਂ ਕੀਤੀ, ਬੇਈਮਾਨੀ ਨਹੀਂ ਕੀਤੀ। ਬੀਬੀਆਂ ਵਾਲ ਆਉਂਦੀਆਂ ਨੇ, ਭਾਈ ਲਾਓ ਪੇਟੀ ਦੇ ਖੋਲਦੇ, ਜਿੰਦੇ ਖੋਲਦੇ, ਅਸੀਂ ਕਹਿੰਦੇ ਭਾਈ ਅਸੀਂ ਐਂ ਖੋਲਦੇ ਨਹੀਂ, ਦੋ ਬੰਦੇ ਬੁਲਾਓ ਇੱਥੇ ਕੋਲੇ ਗੁਆਂਢ 'ਚ ਤਾਂ ਖੋਲਣ ਲੱਗੇ, ਜਿੰਦੇ ਖੋਲਦੇ ਨਹੀਂ ਸੀ। ਸਾਡਾ ਹੀ ਕੰਮ ਆ, ਅਸੀਂ ਆਪਦੀ ਕਮਾਈ ਆ, ਅਸੀਂ ਖਾਂਦੇ ਕਮਾ ਕੇ ਆਪਦੀ ਮਿਹਨਤ। ਸਾਡੇ ਮੈਨੂੰ ਹੋ ਗਏ 50 ਸਾਲ ਹੋ ਗਏ, ਪੀੜ੍ਹੀਆਂ ਦਾ ਸਾਡਾ ਖਾਨਦਾਨ ਦੇ ਇਹੀ ਕੰਮ ਆ। ਬਾਕੀ ਬਾਪ ਦਾਦੇ ਲਾ ਕੇ ਸਾਡੇ ਪੁੜਿਆਂ ਤੇ ਲਾ ਕੇ ਆਪਣਾ ਕੰਮ ਇਹੀ ਸੀ। ਬਾਕੀ ਆਪਾਂ ਨੇ ਮਾੜਾ ਕੰਮ ਨਹੀਂ ਕੀਤਾ ਜ਼ਿੰਦਗੀ 'ਚ ਵੀ, ਕਮਾ ਕੇ ਖਾਂਦੇ, ਗੇੜਾ ਲਾਉਂਦੇ ਹਾਂ ਗਲੀਆਂ 'ਚ, ਬੀਬੇ ਪੈਣਾ ਚਾਹ ਪਾਣੀ ਪੁੱਛਦੇ ਨੇ, ਰੋਟੀ ਪੁੱਛਦੇ ਨੇ, ਭਾਈ ਬਾਬਾ ਪਾਣੀ ਪੀਏਗਾ ਚਾਹ ਪੀਏਗਾ, ਸਭ ਮਾਣ ਕਰਦੇ ਨੇ। ਆਪਾਂ ਵੀ ਗਲਤ ਬੋਲਦੇ ਨੇ ਕਿਸੇ ਨੂੰ ਵੀ, ਅਗਰ ਚੰਗਾ ਬੋਲਦੇ ਕੰਮ 'ਚ ਹਮ 50-60 ਸਾਲ ਹੋ ਗਏ ਲਾਉਂਦੇ ਨੂੰ। ਮਿਹਨਤ ਦੇ ਵਿੱਚ ਜਿਹੜਾ ਤੁਹਾਨੂੰ ਲੋਕ ਮਿਹਨਤ ਨਾਲ ਦਿੰਦੇ ਨੇ, ਸੰਤੁਸ਼ਟ ਤੋਂ ਪੂਰੇ? ਹਾਂ ਨਾ, ਦਿੰਦੇ ਨੇ ਪੂਰਨ, ਵਧੀਆ ਆਪਣਾ ਮੰਗਦੇ ਹਾਂ, ਕੋਈ 100-50 ਮੰਗਦੇ ਹਾਂ, 10 ਵੀ ਘੱਟ ਲੈ ਲਾ ਭਾਈ, ਲੈ ਲਓ ਬਣਾਉਂਦੇ ਕੰਮ ਆ, ਅਗਲਾ ਜਿਹੜਾ ਲੈ ਲਓ ਭਾਈ, ਇੰਨੇ ਬੋਲਦੇ ਨੀ ਕਿੰਨਾ। ਕੀ ਕੰਮ ਕਰਦੇ ਹੋ? ਬਸ ਬਣਾ ਜਿੰਦਿਆਂ ਦਾ, ਕੈਚੀਆਂ ਦਾ, ਪੇਟੀਆਂ ਦਾ ਲੋਕ ਬਣਾਉਣਾ, ਬਾਕੀ ਹੋਰ ਕੰਮ ਵੀ ਮਾੜਾ ਮੋਟਾ ਚੱਕ ਚੁੱਕ ਵੀ ਲਾਈ ਜਾਂਦੇ ਵਿੱਚ, ਜਿੰਦਿਆਂ ਦੇ ਕੰਮ ਮਸਲੇ, ਸਾਡਾ ਕੰਮ ਆ ਲੋਕ ਪੇਟੀਆਂ ਦਾ ਕੰਮ, ਜਿੰਦਿਆਂ ਦੇ ਕੰਮ। ਬਾਬੇ ਦਾ ਨਾਂ ਲੈਣੇ ਆ, ਗੁਰੂ ਨਾਨਕ ਦੇਵ ਸਾਹਿਬ, ਬਾਬੇ ਦਾ ਨਾਂ ਲੈਣੇ ਹੈਗੇ, ਦੇਵਤੇ ਭਗਤ ਸਾਹਿਬ ਦਾ ਨਾਂ ਲੈਣੇ ਆ, ਬਾਕੀ ਨਾਂ ਧੋ ਕੇ ਉੱਤੇ ਗੇੜਾ ਗੁੜਾ ਲਾਉਂਦੇ, 8-9 ਰੁਪਏ ਗੇੜਾ ਲਾਉਂਦੇ ਆ, ਬਾਕੀ ਪਿੰਡਾਂ 'ਚ ਭਾਈ, ਪਿੰਡਾਂ 'ਚ ਵੀ, ਸ਼ਹਿਰਾਂ 'ਚ ਵੀ ਗੇੜਾ ਲਾਉਂਦੇ ਹਾਂ, ਬਾਕੀ ਸਾਡੇ ਆਪਦੀ ਕਮਾਈ ਆ, ਕਿਸੇ ਤੇ ਨੁੱਕ ਦੀ ਕਮਾਈ ਆ ਪਾਣੀ। ਇਹ ਵੀ ਠੱਗੀ ਬਈ ਬੰਦੀ ਨਿਪਣੀ ਹੈਗੀ, ਬਾਕੀ ਆਥਣੇ ਲੈ ਜਾਂਦੇ 100 ਪੰਜਾਹ, 150-200-300 ਬਣੇ, ਜਵਾਕਾਂ ਵਾਸਤੇ ਲੈਂਦੇ ਆਟਾ ਦਾਲ ਚਾਹ ਪਾਣੀ ਦਾ ਖਰਚਾ ਚੱਲੀ ਜਾਂਦਾ। ਸਰਕਾਰਾਂ ਵੱਲੋਂ ਕੁਛ ਗਾਇਆ ਵਾਲਾ ਸਾਨੂੰ ਕੋਈ ਨਹੀਂ ਮਿਲਦਾ, ਨਾ ਕਣਕ ਮਿਲਦੀ ਸਾਨੂੰ, ਪਾਲਾ ਸਿੰਘ ਮਿਲਣਾ 3-4 ਮਹਿਬੂਬ ਹੋਏ ਨੇ, ਸਾਨੂੰ ਕਣਕ ਨਹੀਂ ਮਿਲਦੀ 15 ਸਾਲ ਦੀ, ਐਸੀ ਬਥੇਰੇ ਦਿੰਦੇ ਅਗਲੇ ਦਿੰਦੇ ਨਹੀਂ ਬਣਾ ਕੇ ਸਾਨੂੰ, ਸਾਨੂੰ 15 ਸਾਲ ਦੀ ਕਣਕ, ਨਾ ਤਾਂ 3-4 ਬਹੂਆਂ ਉਹਨਾਂ ਨੂੰ ਮਿਲਦੀਆਂ, ਨਾ ਮੈਨੂੰ ਪਾਲਾ ਸਿੰਘ, ਸਾਨੂੰ ਤਾਂ ਕੁਛ ਨਹੀਂ ਕਮਾ ਕੇ ਖਾਣਾ ਇੱਥੇ ਗੇੜਾ। ਕੀ ਕਹਿਣਾ ਚਾਹੋਗੇ ਸਰ? ਐਸੀ ਕਹਿੰਦੇ ਵੀ ਸਾਨੂੰ ਵੀ ਮਿਲਣਾ ਚਾਹੀਦਾ ਕੁਛ, ਕਈ ਬੰਦੇ ਸੀ ਸਭ 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 ਦੁਨੀਆਂ ਲਈ, ਜੱਟ ਲੈ ਜਾਂਦੇ, ਬਾਣੀ ਲੈ ਜਾਂਦੇ, ਵੱਡੇ ਵੱਡੇ ਚੰਗੇ ਲੈਂਦੇ, ਉਹ ਗਰੀਬ ਜਨਤਾ ਨੂੰ ਦਿੰਦਾ ਵੀ ਨਹੀਂ, ਦੱਸੋ ਸਭ ਨੂੰ ਕਾਟ ਕੱਟਦੇ ਜਿਹੜੇ ਦੇਣਾ।